सत श्री अकाल जी सारयां नूं ते होर सुनाओ किवें ठीक ठाक सारे। कल आपां चले सी घर तों ते काफ़ी टाइम हो गया सी घर तों चलदे चलदे लेट ही हो गए सी, शाम नूं 5 क वज गए सी ते काफ़ी सफ़र कढ़िया आपां रस्ते विच, कितें रुके नहीं, एक दो जगह रुक के चाह पानी पीता। ते पहलां तां सोचा कि चलो अंबाले जाके रुकदे आ, पर फिर सोचा कि सफ़र काफ़ी लंबा आ ते नींद भी तुहानूं पता आउंदी आ सफ़र दे विच। टाइम काफ़ी हो गया ही चलते चलते तो रात के 1 बजे तकरीबन अं आए हैं श्री फतेहगढ़ साहब, तो रात को इतने आके आप फिर डेरे लाए तो रात कट्टी आप इतने, बाकी तुहानू कुछ गुरद्वारा साहब के दर्शन करवावे जिथे छोटे साहबजादा पावन स्थान आ, ठंडे बुरज के भी दर्शन करावे। बाकी हूँ आप इतों लगे हैं चाले पौन फिर दिल्ली, तो आ जाओ फिर चलीए। हाँ जी मत्था टेकन चली गुरमेर, मेहर चली मत्था टेकन गुरुद्वारे, गुरमेर चली मत्था टेकन गुरुद्वारे, गुरमेर इन्ने इदां ही करके हट जोड़ दी है। सही गल है, हाय हाय। आपां रात दे गुरुद्वारा साहिब ही तुहानूं जिहड़ा दस्सिया सीगा मैं, ते रात नूं इत्थे आपां गुरुद्वारा साहिब ही 1 बजे आ गए आराम कीता। ਹੁਣ ਇੱਥੋਂ ਅੱਗੇ ਚੱਲੇ ਪਾਵਾਂਗੇ ਗੁਰਦੁਆਰਾ ਸਾਹਿਬ ਸਰਹੰਦ। ਵਾਹਿਗੁਰੂ ਦਾਦੀ ਦਾਦਾ ਯਾਦ ਕਰਦੇ ਪਏ ਘਰੇ ਲੱਗਦਾ, ਹੁਣੇ ਫੋਨ ਆਇਆ ਹਨਾ, ਹੁਣੇ ਫੋਨ ਆਇਆ ਸੀ। ਬੜੀ ਮੱਧਮ ਜੀ ਅੱਜ ਹਨਾ, ਫੱਟਿਆਂ ਦੇ ਵੱਜ ਵੱਜ ਕੇ ਮਾਤਾ ਵੱਜ ਗਈ। ਵਾਹੇ ਰੱਬਾ ਕਿੱਦਾਂ ਫਿਰ, ਇੱਕ ਵਿਚਾਰੇ ਬਾਪੂ ਜੀ ਤੇ ਕਹਿੰਦੇ ਮੈਨੂੰ ਆਪਾਂ ਗਏ ਸੀ ਮੱਥਾ ਟੇਕਣ ਤੇ ਗੁਰਮੇਰ ਨੇ ਅੰਦਰ ਪੂਰੇ ਹੱਥ ਜੋੜ ਕੇ ਰੱਖੇ ਜਦੋਂ ਦੀ ਅੰਦਰ ਗਈ ਹੈ ਨਾ, ਜਿੰਨਾ ਚਿਰ ਅੰਦਰ ਰਹੀ ਨਾ ਉਹਨਾਂ ਚਿਰ ਹੱਥ ਜੋੜ ਕੇ ਰੱਖੇ, ਮੂੰਹ 'ਚ ਨਹੀਂ ਪਾਇਆ, ਹੁਣ ਬਾਹਰ ਨਿਕਲਦੇ ਹੱਥ ਮੂੰਹ 'ਚ, ਹੁਣ ਬਾਹਰ ਨਿਕਲਿਆ ਤਾਂ ਹੁਣ ਮੂੰਹ 'ਚ ਹੱਥ ਡੈ ਵੀ ਪਾਉਣ, ਉਦਾਂ ਇੱਦਾਂ ਹੱਥ ਜੋੜੇ ਸੀ ਐਂ ਕਰਕੇ, ਬੜੇ ਸੋਹਣੇ ਹੱਥ ਜੋੜਦੀ ਆ ਮੇਰੀ, ਹੁਣ ਪ੍ਰਸ਼ਾਦ ਲੱਗਾ ਨਾ, ਮਿੱਠਾ ਲਾਤਾ ਮੂੰਹ ਪ੍ਰਸ਼ਾਦ, ਹੁਣ ਪ੍ਰਸ਼ਾਦ ਵੀ ਖਾਣ, ਇੱਦਾਂ ਜੋੜਦੀ ਹੱਥ ਇੱਦਾਂ ਜੋੜੇ, ਕਿੰਨੇ ਸੋਹਣੇ ਉਹਨਾਂ ਫੜਿੰਗਰੀ ਪਾਈ ਸੀ ਨਾ ਹੱਥਾਂ ਦੀ, ਸਿਆਣੇ ਵਾਂਗੂ ਪਾਈ ਸੀ ਇਸ ਤਰ੍ਹਾਂ ਜੋੜੇ ਸੀ ਇੱਦਾਂ ਹਨਾ। ਚਲੋ ਚੱਲੀਏ ਫਿਰ, गुरमेर चलो चलिए फिर, चलो जी जिथे छोटे साहबजादे तो माता गुजरी जी ने रखा गया ही, पोह माघ दियां रातां दे विच इन्नी ठंड दे विच आज तुहानूं दर्शन कराने ठंडे बुरज साहब जी दे।
ਠੰਡ ਹੋ ਗਈ ਫਿਰ ਹੋਣਾ ਬਹੁਤ ਵਧੀਆ ਆ ਬਣੀਆਂ ਜੀ ਪਾਰਕ ਸ਼ਹੀਦ ਬਾਬਾ ਮੋਤੀ ਰਾਮ ਜੀ ਦੀ ਵਾ ਇੱਧਰ ਜਿਹੜੀ ਸਾਰੀ ਆ ਇਹ ਪਾਰਕ ਬਣੀ ਆ ਬਹੁਤ ਵਧੀਆ ਪਾਰਕ ਆ ਹਾਂਜੀ ਆ ਗਏ ਤੁਸੀਂ ਵੀ ਇਹ ਤਾਂ ਕਹਿਣ ਡੇ ਸੀ ਆਉਣਾ ਨੀ ਸਾਨੂੰ ਬਾਬਾ ਜੀ ਨੇ ਕਿਹਾ ਠੀਕ ਹੈ ਜੀ ਵਧੀਆ ਚਲੋ ਗੁਰਮੇਹਰ ਨੂੰ ਵੀ ਠੰਡੇ ਬੁਰਜ ਦੇ ਦਰਸ਼ਨ ਹੋ ਗਏ ਹੈ ਕਿ ਨਹੀਂ ਹੈ ਨਾ ਗੁਰਮੇਹਰ ਗੁਰਮੇਹਰ ਪਹਿਲਾਂ ਵੀ ਆਈ ਸੀ ਇੱਥੇ ਪਰ ਉਦੋਂ ਦੁਨੀਆਂ ਵਿੱਚ ਨਹੀਂ ਆਈ ਅਜੇ ਗੁਰਮੇਹਰ ਦੀ ਕਿਸਮਤ ਦੇ ਵਿੱਚ ਦੂਜੀ ਵਾਰ ਆ ਗਈ ਆ ਹਨਾ ਕਰਮਾਂ ਦੇ ਵਿੱਚ ਅਸੀਂ ਕਿਤੇ ਐਡੇ ਵੱਡੇ ਹੋ ਕੇ ਤੇ ਹੁਣ ਦਰਸ਼ਨ ਕੀਤੇ ਆ ਅਸੀਂ ਜਦੋਂ ਪਹਿਲਾਂ ਵੀ ਮਤਲਬ ਉਦੋਂ ਅਸੀਂ ਇਸ ਗੁਰਦੁਆਰੇ ਆਏ ਸੀ ਆਹੋ ਫਤਿਹਗੜ੍ਹ ਸਾਹਿਬ ਹਾਂਜੀ ਪਰ ਤੇ ਬਾਅਦ ਚ ਹੁਣ ਫਿਰ ਵੇਖ ਲਓ ਗੁਰਮੇਹਰ ਫਿਰ ਲੈ ਆਈ ਹਾਂਜੀ ਉਦੋਂ ਵੀ ਜ਼ਿਆਦਾ ਗੁਰਮੇਹਰ ਦੇ ਕਰਮਾਂ ਨਾਲ ਆਈ ਜਿੰਨਾ ਜੋਣਾ ਨਾਲ ਦਾ ਗੁਰ ਤੇ ਮਿਹਰ ਹਾਂਜੀ ਚੱਲੀਏ ਫਿਰ ਹਾਂਜੀ ਕਰੀਏ ਤਿਆਰੀ ਫਿਰ ਜਾਣ ਦੀ ਚਲੋ ਚਲੋ ਪੁੱਛੋ ਸਾਰੀ ਟੀਮ ਨੂੰ ਸਾਰੇ ਜਣੇ ਤਿਆਰ ਨੇ ਚੱਲੀਏ ਚਲੋ ਆਓ ਫਿਰ ਕਰਾਓ ਟਰਾਲੀ ਪੈਕ ਚੱਲੀਏ ਬਾਬਾ ਜੀ ਚੱਲੀਏ ਫਿਰ ਚਲੋ ਜੀ ਚਲੋ ਪਾ ਦੇਈਏ ਚੱਲੇ ਹੁਣ ਫਿਰ ਆ ਜਾਓ ਫਿਰ ਹੁਣ ਮਿਲਦੇ ਹਾਂ ਜਾ ਕੇ ਦਿੱਲੀ ਉੱਥੇ ਜਾ ਕੇ ਹੋਊਗਾ ਸਟੇ ਛਕ ਲਿਆ ਪ੍ਰਸ਼ਾਦਾ ਪਾਣੀ ਬੜੀ ਸੇਵਾ ਚੱਲਦੀ ਪਈ ਹੈ ਸੇਵਾ ਚੱਲਣ ਦੀ ਪਈ ਗੁਰਮੇਹਰ ਪੁੱਤ ਹਰਿਆਣੇ ਚ ਆ ਗਿਆ ਹੈ ਲਓ ਜੀ ਕਰਨਾਲ ਪਹੁੰਚ ਗਏ ਆਪਾਂ ਬਸ ਹੁਣ ਇੱਥੋਂ ਥੋੜ੍ਹਾ ਹੀ ਰਹਿ ਗਿਆ ਸਫ਼ਰ ਹੋਰ ਲੱਗੇ ਹਾਂ ਹੁਣ ਇੱਥੋਂ ਤੁਰਨ ਪ੍ਰਸ਼ਾਦਾ ਪਾਣੀ ਛਕ ਲਿਆ ਇੱਥੇ ਲੰਗਰ ਦੀ ਸੇਵਾ ਚੱਲਦੀ ਪਈ ਆ ਇੱਥੇ ਮੈਂ ਤੁਹਾਨੂੰ ਦਿਖਾ ਦਿੰਦਾ ਮੇਰੇ ਪਿੱਛੇ ਉਹ ਵੇਖੋ ਬਹੁਤ ਵਧੀਆ ਸੇਵਾ ਕਰਦੇ ਪਏ ਆ ਵੀਰ ਸਾਰੇ ਅਤੇ ਬੜੀ ਵਧੀਆ ਲੰਗਰ ਦੀ ਸੇਵਾ ਚੱਲਦੀ ਪਈ ਆ ਇੱਧਰ ਸਾਡਾ ਸਰਦਾਰ ਸਾਹਿਬ ਹੁਣਾਂ ਨੇ ਮੋੜ ਲਿਆ ਟਰੈਕਟਰ ਟਰਾਲੀ ਦਿੱਲੀ ਵੱਲ ਨੂੰ
ਤੇ ਆਜੋ ਫਿਰ ਹੁਣ ਚੱਲਦੇ ਮਿਲਦੇ ਆ ਦਿੱਲੀ ਜਾ ਕੇ ਹੀ ਹੁਣ ਆਜੋ ਫਿਰ ਦਿੱਲੀ ਪਹੁੰਚ ਗਏ ਆ ਤੇ ਠੀਕਰੀ ਬਾਰਡਰ ਨੇ ਹਾਂ ਠੀਕਰੀ ਬਾਰਡਰ ਤੇ ਆਪਾਂ ਦੋ ਤਿੰਨ ਦਿਨ ਪਹਿਲਾਂ ਆਏ ਸੀ ਤੇ ਉਦਣ ਅਜੇ ਥੋੜ੍ਹੀ ਜਿਹੀ ਨਾ ਇੱਥੇ ਟ੍ਰੈਫਿਕ ਘੱਟ ਸੀ ਪਰ ਅੱਜ ਇੱਥੇ ਇੰਨੀ ਜ਼ਿਆਦਾ ਟ੍ਰੈਫਿਕ ਆ ਵੀ ਥੱਲੇ ਤੇਲ ਵੀ ਨਹੀਂ ਸੁੱਟਿਆ ਜਾ ਰਿਹਾ ਹੁਣ ਤਾਂ ਕੋਈ ਨਾ ਕੋਈ ਫੈਸਲਾ ਲੈਣਾ ਹੀ ਪੈਣਾ ਸਰਕਾਰ ਨੂੰ ਹੈ ਕਿ ਨਹੀਂ ਆਹ ਵੇਖ ਸਕਦੇ ਜੇ ਤੁਸੀਂ ਸ਼ਾਮ ਦਾ ਟਾਈਮ ਹੈ ਅਜੇ 7 ਵਜੇ ਆ ਤੇ ਕੀ ਹਾਲ ਹੋਣ ਡਿਆ ਇੰਨੀ ਜ਼ਿਆਦਾ ਟ੍ਰੈਫਿਕ ਆ ਵੀ ਬਹੁਤ ਜ਼ਿਆਦਾ ਲਓ ਜੀ ਆਪਾਂ ਪਹੁੰਚ ਗਏ ਆਪਣੇ ਟਿਕਾਣੇ ਤੇ ਬਾਬਰ ਸ਼ੇਰ ਨੂੰ ਖਿਲਾਰਤਾ ਟਿਕਾਣੇ 'ਤੇ ਜਿਹਨੇ ਪਹੁੰਚਾ ਤਾ ਸਾਨੂੰ ਦਿੱਲੀ ਹੈ ਬੜੀ ਹਿੰਮਤ ਮਾਰੀ ਆ ਹਾਂਜੀ ਨਿਕਲ ਆਇਆ ਕਰੋ ਕਦੀ ਇਹਦੇ ਵਿੱਚੋਂ ਹੋਰ ਕਿਵੇਂ ਦਾ ਲੱਗ ਰਿਹਾ ਫਿਰ ਸੰਘਰਸ਼ 'ਤੇ ਆ ਕੇ ਦੁਬਾਰਾ ਥੱਕ ਗਿਆ ਯਾਰ ਮੈਂ ਤਾਂ ਚਲਾ ਚਲਾ ਕੇ ਵੈਸੇ ਚਲੋ ਪਹੁੰਚ ਗਏ ਹਾਂ ਟਾਈਮ ਨਾਲ ਅਤੇ ਹੁਣ ਰਹਿੰਦੇ ਹਾਂ ਸੰਘਰਸ਼ ਦੇ ਨਾਲ ਨਾਲ ਅਤੇ ਰੋਜ਼ ਹੀ ਨਵੀਂ ਤੋਂ ਨਵੀਂ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਮਿਲਦੇ ਆ ਨਵੇਂ ਵਲੌਗ ਸਵੇਰੇ।